ਸਰ ਗੱਲ ਕਰੀਏ ਅਸੀਂ ਪੰਜਾਬ ਦੇ ਮਾਹੌਲ ਦੀ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਦਿਨ ਬਦਰ ਜਿਹੜਾ ਨਿਗਰਦਾ ਜਾ ਰਿਹਾ ਭਾਈ ਅਮਰਤਪਾਲ ਸਿੰਘ ਜਿਹੜਾ ਪੰਜਾਬ ਦੇ ਵਿੱਚ ਬਖਵਖ ਥਾਵਾਂ ਤੇ ਕਈ ਤਰ੍ਹਾਂ ਰੈਲੀਆਂ ਵੀ ਕੀਤੀਆਂ ਜਿਹੜਾ ਜਿਹੜੇ ਅਨਗੀਤੰਦ ਦਾ ਰੂਪ ਦੇ ਵਿੱਚ ਵੀ ਸ਼ਾਮਲ ਹੋਇਆ ਔਰ ਬਖਵਖ ਸਮੇਂ ਤੇ ਉਹਦੇ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਨੂੰ ਛੱਡਿਆ ਵੀ ਗਿਆ ਦੇਖੋ ਅਮਰਤਪਾਲ ਸਿੰਘ ਇੱਕ ਨੌਜਵਾਨ ਆ ਥੋੜਾ ხਮਾ ਪਹਿਲਾਂ ਉਹ ਹਿੰਦੂਤਾਂ ਤੋਂ ਬਾਹਰ ਕਿਤੇ ਪੰਜਾਬ ਦੇ ਵਿੱਚ ਆਇਆ। ਆਰਥਿਕ ਤੌਰ ਤੇ ਪੰਜਾਬ ਬਹੁਤ ਜਿਹੜਾ ਉਹ ਪਿਛੇ ਚਲੇ ਗਿਆ। ਮੈਂ ਖਾਬਦਾ ਕਿ ਸਿੱਖੀ ਦਾ ਪ੍ਰਚਾਰ ਕਰਨਾ ਕੋ ਮਾੜੀ ਗੱਲ ਨਹੀਂ। ਇਹ ਅਸੀਂ ਵੀ ਚਾਹੁੰਦੇ ਹਾਂ ਜੇ ਆਪਣਾ ਦਪਾਨ ਕਰਾ ਵੀ ਉਹ ਚੰਗੀ ਗੱਲ ਕਰਉਣਾ ਚਾਹੀਦਾ। ਪਰ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਨਾਰੇ ਲੱਗਦੇ ਆ ਜਿਤਾ ਜਨੈਰ ਸਿੰਘ ਭੜਰਾਵਾਲੇ ਦੇ ਨਾਂ ਦੇ ਉੱਪਰ ਲੱਗ ਰਹੇ ਆ। ਚਾਹੇ ਖਾਲਸਾ ਦੇ ਨਾਂ ਤੇ ਲੱਗ ਰਹੇ ਆ। ਔਰ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਆ ਇਹਦੇ ਵਿੱਚ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਕਿਉਂ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਤਾਂ ਤੱਕ ਕਿ ਵਾਕਿਆ ਹੋਣ ਤੋਂ 2 ਦਿਨ ਬਾਅਦ ਇੱਕ ਟਵੀਟ ਕਰਕੇ ਉਹਨਾਂ ਨੇ ਜਿਹੜੀ ਆ ਉਹ ਗੱਲ ਕੀਤੀ ਆ ਸასი ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਲਜੀਤ ਤਜਨੂਹਾ ਦੋਸਤੋ ਅੱਜ ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪਹੁੰਚੇ ਹਾਂ ਸਦਾਸੂ ਸਿੰਘ ਖੰਡਲ ਜੀ ਦੇ ਘਰ ਵੀਕੇ ਸਾਬਕਾ ਕੈਬਨ ਮੰਤਰੀ ਸਦਾਸੋਂ ਸਿੰਘ ਠੰਡਲ ਦੇ ਨਾਲ ਅੱਜ ਜਿਹੜੀ ਸਿਆਸਤ ਦੇ ਨਾਂ ਨਾਲ ਪੰਜਾਬ ਦਾ ਮਾਹੌਲ ਜਿਹੜਾ ਬੜਾ ਚਿੰਤਾਜਨਕ ਬਣਿਆ ਹੈ ਉਹਨੂੰ ਲੈ ਕੇ ਜਿੱਥੇ ਸਦਾਸੋਂ ਸਿੰਘ ਨੇ ਕੈਬਨਰ ਮੰਤਰੀ ਵੀ ਰਿਹਾ ਤੇ ਪੰਜ ਵਾਰ ਹਲਕੇ ਤੋਂ ਐਮਐਲਏ ਵੀ ਰਿਹਾ ਤੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਪਿੱਤਰ ਜਾਣਦੇ ਔਰ ਪੰਜਾਬ ਦੀ ਚਿੰਤਾ ਵੀ ਕਰਦੇ ਚਿੰਤਨ ਵੀ ਕਰਦੇ ਸੋ ਅੱਜ ਅਸੀਂ ਬਖਵਖ ਮੁੱਦਿਆਂ ਤੇ ਇਹਨਾਂ ਦੇ ਨਾਲ ਗੱਲ ਕਰਾਂਗੇ ਇਹ ਕੀ ਕਹਿੰਦੇ ਨੇ ਉਹਨਾਂ ਮੁੱਦਿਆਂ ਦੇ ਨਾਲ ਦੀ ਨਾਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਸਤਕ ਮਹਿੰਮ ਸ਼ੁਰੂ ਕੀਤੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਅੱਜ ਇਥੋਂ ਆਗਾਜ਼ ਕੀਤਾ ਆ ਤੇ ਗੱਲ ਕਰਾਂਗੇ ਇਸ ਵਾਰ ਸਾਸੂ ਸਿੰਘਠਨ ਜੀ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਕਿ ਦਲਜੀਤ ਸਿੰਘ ਤੁਸੀਂ ਅੱਜ ਆਏ ਆ ਧੰਨਵਾਦ ਸਰ ਆਪਾਂ ਜਿਹੜੀ ਅੱਜ ਤੁਸੀਂ ਆ ਜਿਹੜੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਖਤ ਮਹਿੰਮ ਆਗਾਜ਼ ਕੀਤਾ ਆ ਇਹ ਅੱਜ ਜਿਹੜਾ ਤੁਸੀਂ ਆਪਣੇ ਏਰੀਆ ਤੋਂ ਕੀਤਾ ਜਾਂ ਕਿਦਾਂ ਕਿਵੇਂ ਦੇਖੋ ਸਾਡੇ ਪੰਜਾਬ ਦੇ ਜਿਹੜੇ ਬਖੋ ਬਖੇਲਾਂ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਨੇ ਸਿੰਘ ਉਹਨਾਂ ਵਾਸਤੇ ਕਾਫੀ ਸਮੇਂ ਤੋਂ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਤੇ ਹੋਰ ਜਥੇਬੰਦੀਆਂ ਜੋਰ-ਜੋਰ ਮਾਈਕ ਕਰ ਰਹੀਆਂ ਹੁਣ ਸ਼੍ਰੋਮਣੀ ਗੁਰਦੁਆਰਾ 15 ਕਮੇਟੀ ਵੱਲੋਂ ਦਸਕਤ ਮਹਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸੇ ਤਹਿਤ ਅੱਜ ਅਸੀਂ ਮੈਂ ਆਪਣੇ ਪੰਥੰਡਲ ਤੋਂ ਇਹ ਮਹਮ ਦਾ ਆਗਾਜ਼ ਕੀਤਾ ਇਹ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਵਿੱਚ ਜਾ ਕੇ ਉਹਨਾਂ ਕੋਲੋਂ ਦਸਕਤ ਜਿਹੜੇ ਕਰਾ ਕੇ ਇਹ ਸਤਿਕਾਰਯੋਗ ਗਵਰਨਰ ਪੰਜਾਬ ਨੂੰ ਜਿਹੜੇ ਆ ਉਹ ਸਾਰੇ ਇਕੱਠੇ ਕਰਕੇ ਇਹ ਭੇਜੇ ਜਾਣੇ ਆ। ਸੋ ਅੱਜ ਅਸੀਂ ਆਪਣੇ ਇਸ ਪਿੰਡ ਵਿੱਚੋਂ ਉਹਦੀ ਸ਼ੁਰੂਆਤ ਕੀਤੀ ਆ ਤਾਂ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਬੰਦ ਪਏ ਨੇ ਕੈਦੀ ਜੇਲ੍ਹਾਂ ਦੇ ਅੰਦਰ ਜਿਨ੍ਹਾਂ ਆਪਣੀਆਂ ਜੋ ਉਹਨਾਂ ਨੇ ਜਾਣੇਣ ਜਾਣੇ ਜਾਂ ਹਾਲਾਤਾਂ ਦੇ ਮੁਤਾਬਕ ਉਸ ਵੇਲੇ ਕੋਈ ਗਲਤੀਆਂ ਕੀਤੀਆਂ ਥੀ ਉਹਨਾਂ ਦੀ ਅਦਾਲਤਾਂ ਦੇ ਵਿੱਚ ਕੇਸ ਚੱਲੇ ਉਹਨਾਂ ਨੂੰ ਸਜ਼ਾਵਾ ਮਿਲੀਆਂ। ਸਜ਼ਾਵਾ ਪੂਰੀਆਂ ਕਰ ਚੁੱਕੇ ਆ। ਕੋਈ ਵੀ ਇਹ ਕਾਨੂੰਨ ਜਿਹੜਾ ਦੇਸ਼ ਦਾ ਕਾਨੂੰਨ ਆ ਜਾਂ ਸਾਡਾ ਸੰਵਿਧਾਨ ਆ ਸਾਡੇ ਦੇਸ਼ ਲਈ ਇੱਕੋ ਆ। ਜਦ ਬਾਕੀ ਲੋਕਾਂ ਉੱਪਰ ਜਿਹੜੇ ਹੋਰ ਦੇਖਦੇ ਚ ਇਹ ਹੋ ਜਾਏ ਮਸਲੇ ਆ ਉਹਨਾਂ ਦੇ ਸਾਰੇ ਬੰਦੇ ਜਿਹੜੇ ਛੱਡੇ ਗਏ ਆ ਤੇ ਕੀ ਕਾਰਨ ਆ ਕਿ ਜਿਹੜੇ ਇਹ ਸਿੱਖ ਨੌਜਵਾਨ ਉਸ ਵੇਲੇ ਪੜੇ ਸੀ ਅੱਜ ਉਹ ਕਾਫੀ ਉਮਰ ਵੀ ਹੰਢਾ ਚੁੱਕੇ ਆ ਔਰ ਦੇਖਣ ਵਾਲੀ ਗੱਲ ਇਹ ਆ ਕਿ 550 ਸਾਲਾ ਗੁਰਾਂ ਦੇਵ ਜੀ ਦੇ ਆਗਮਨ ਪੂਰਵ ਤੇ ਦੇਖਦੇ ਪ੍ਰਧਾਨ ਮੰਤਰੀ ਨੇ ਸੁਲਤਾਨਪੁਰ ਲੋਧੀ ਇਸ ਗੱਲ ਦਾ ਐਲਾਨ ਕੀਤਾ ਸੀ ਔਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅੱਜ ਫੇਰ ਛੱਡੇ ਨੀ ਜਾ ਰਿਹਾ ਇਹਦਾ ਕੀ ਕਾਰਨ ਆ ਇਹ ਮਸਮਤਾ ਕਿ ਇਹ ਦੇ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਵੀ ਆ ਉਹਨੂੰ ਯਾਹਰ ਕਨਵਾਤੇ ਦਸਖਤ ਮਹਿਮ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਸਰ ਗੱਲ ਕਰੀਏ ਅਸੀਂ ਪੰਜਾਬ ਦੇ ਮਾਹੌਲ ਦੀ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਦਿਨ ਬਦਰ ਜਿਹੜਾ ਨਿਗਰਦਾ ਜਾ ਰਿਹਾ ਆ ਹੁਣ ਗੈਂਗ ਬਾਰ ਜਿਤਪਾਲ ਦੇ ਨਾਮ ਦੇ ਨਾਲ ਦਾ ਵਿਅਕਤੀ ਭਾਈ ਅਮਰਤਪਾਲ ਸਿੰਘ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਈ ਤਰ੍ਹਾਂ ਰੈਲੀਆਂ ਵੀ ਕੀਤੀਆਂ ਜਾ ਜਿਹੜੇ ਆ ਨਗਰ ਕੀਰਤਨ ਦਾ ਰੂਪ ਦੇ ਵਿੱਚ ਵੀ ਸ਼ਾਮਲ ਹੋਇਆ ਔਰ ਵੱਖ-ਵੱਖ ਸਮੇਂ ਤੇ ਉਹਦੇ ਨਾਲ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਤੇ ਇਹਨੂੰ ਛੱਡਿਆ ਵੀ ਗਿਆ ਤੇ ਹੁਣ ਅਜਨਾਲੇ ਦੇ ਵਿੱਚ ਉਹਨੇ ਤੇ ਉਹਦੇ ਸਮਰਥਕਾਂ ਨੇ ਇੱਕ ਬਹੁਤ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਿਆ ਕੇ ਉੱਥੇ ਕਟਾਰਨ ਨੂੰ ਅੰਜਾਮ ਦਿੱਤਾ ਇੱਥੇ ਵੀ ਅਸੀਂ ਗੱਲ ਕਰੀਏ ਕਿ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਜਾਂ ਕਾਨੂੰਨ ਆ ਜਾਂ ਇਹੋ ਜਿਹਾ ਵਿਅਕਤੀ ਆ ਜਿਹੜਾ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਿਹਾ ਤੇ ਨਾਲ ਦੀ ਨਾਲ ਉਹ ਕਹਿ ਰਿਹਾ ਵੀ ਮੈਂ ਹਿੰਦੁਸਤਾਨ ਦਾ ਨਾਗਰਿਕ ਹੀ ਨਹੀਂ ਆ ਇਹਦੇ ਬਾਰੇ ਤੁਸੀਂ ਕੀ ਦੇਖੋ ਅਮਰਪਾਲ ਸਿੰਘ ਇੱਕ ਨੌਜਵਾਨ ਆ ਥੋੜਾ ਸਮਾਂ ਪਹਿਲਾਂ ਉਹ ਹਿੰਦੁਸਤਾਨ ਤੋਂ ਬਾਹਰੋਂ ਇੱਥੇ ਪੰਜਾਬ ਦੇ ਵਿੱਚ ਆਇਆ ਔਰ ਜਿਹੜੀਆਂ ਉਹਦੀਆਂ ਪੁਰਾਣੀਆਂ ਤਸਵੀਰਾਂ ਦੇਖਦੇ ਆ ਉਹਦੇ ਵਿੱਚ ਉਹਦੀ ਤਸਵੀਰ ਸਿੰਘ ਦੀ ਨਹੀਂ ਸੀ ਔਰ ਮੈਨੂੰ ਇਦਾਂ ਲੱਗਦਾ ਕਿ ਥੋੜਾ ਸਮਾਂ ਪਹਿਲਾਂ ਹੀ ਉਹ ਨੇ ਜਿਹੜਾ ਸਿੱਖੀ ਸੂਬਾ ਆਪਣਾ ਧਾਨ ਕੀਤਾ ਸੋ ਅੱਜ ਜਿਸ ਤਿੱਕੇ ਨਾਲ ਉਹ ਪੰਜਾਬ ਦੇ ਵਿੱਚ ਬਿਜਰ ਰਿਹਾ ਜਿਵੇਂ ਉਹਦੇ ਨਾਲ ਜਿਹੜੀ ਆ ਉਹ ਭੀੜ ਇਕੱਠੀ ਹੋ ਰਹੀ ਆ ਔਰ ਜਿੱਥੇ ਕੇ ਦੇ ਨਾਲ ਉਹ ਇੱਕ ਹਥਿਆਰਾਂ ਦੇ ਸ਼ੈਲਟਰ ਥੱਲੇ ਵਿਚਰਦਾ ਔਰ ਇਹੋ ਜਿਹੇ ਬਿਆਨ ਇਹੋ ਜਿਹੇ ਸਟੇਟਮੈਂਟਾਂ ਦੇ ਰਿਹਾ ਜਿਹੜੀਆਂ ਪੰਜਾਬ ਦੇ ਅੰਦਰ ਉਹ ਪੁਰਾਣਾ ਦੌਰ ਜਿਹੜਾ ਆ ਉਹ ਯਾਦ ਕਰਾ ਰਹੀਆਂ ਜਿਹੜਾ ਅਸੀਂ ਤੋਂ ਦੇ ਦਹਾਕਿਆਂ ਦੇ ਵਿੱਚ ਚੱਲਦਾ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਸੀ ਹਜ਼ਾਰਾਂ ਨਹੀਂ ਮੈਂ ਕਹਿ ਸਕਦਾ ਕਿਤੇ ਬੱਤ ਜਿਹੜੇ ਲੋਕ ਉਹ ਮਾਰੇ ਗਏ ਚਾਹੇ ਹਿੰਦੂ ਸੀ ਸਿੱਖ ਸੀ ਪੰਜਾਬੀ ਲੋਕ ਜਿਹੜੇ ਉਹ ਮਾਰੇ ਗਏ ਔਰ ਆਰਥਿਕ ਤੌਰ ਤੇ ਪੰਜਾਬ ਬਹੁਤ ਜਿਹੜਾ ਉਹ ਪਿਛੇ ਚਲੇ ਗਿਆ ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਅੱਜ ਸੇਮ ਅਸੀਂ ਕਿਉਂਕੋ ਦੇਖਿਆ ਅਸੀਂ ਹੰਡਾਇਆ ਜਿਹੜੇ ਜੰਗ ਜਨਰੇਸ਼ਨ ਅੱਜ ਪੰਜਾਬ ਦੇ ਵਿੱਚ ਉਹ ਜਿਹੜੇ 90 ਤੋਂ ਬਾਅਦ ਪੈਦਾ ਹੋਏ ਆ ਜਾਂ 2000 ਤੋਂ ਬਾਅਦ ਪੈਦਾ ਹੋਏ ਆ ਉਹਨਾਂ ਨੂੰ ਸ਼ਾਇਦ ਉਹ ਨਹੀਂ ਉਹ ਸਮਾਂ ਦੇਖਿਆ ਨੇ ਉਹਨਾਂ ਦਾ ਪਤਾ ਨਹੀਂ ਉਹ ਕਈ ਜਿਹੜੇ ਬੰਦੇ ਆ ਬੱਚੇ ਆ ਸਾਡੇ ਨੌਜਵਾਨ ਉਹ ਉਸ ਚੀਜ਼ ਦੀ ਉਹਦੇ ਬਿਆਨਾਂ ਨੂੰ ਸੁਣ ਕੇ ਮਗਰ ਵੀ ਲੱਗ ਰਹੇ ਆ ਪਰ ਮੈਂ ਸਮਝਦਾ ਕਿ ਸਿੱਖੀ ਦਾ ਪ੍ਰਚਾਰ ਕਰਨਾਂ ਕੋ ਮਾੜੀ ਗੱਲ ਨਹੀਂ ਇਹ ਅਸੀਂ ਵੀ ਚਾਹੁੰਦੇ ਆ ਜੇ ਅਬਰਤਪਾਨ ਕਰਾਵੇ ਉਹ ਉਹ ਚੰਗੀ ਗੱਲ ਹੋਇਆ ਕਰਉਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਨਾਰੇ ਲੱਗਦੇ ਆ ਸਾਜਨੈਲ ਸਿੰਘ ਭਿੰਡਰਾ ਵਾਲੇ ਦੇ ਨਾਂ ਦੇ ਉੱਪਰ ਲੱਗ ਰਹੇ ਆ ਚਾਹੇ ਖੜਕਤਾ ਦੇ ਨਾਂ ਤੇ ਲੱਗ ਰਹੇ ਆ ਔਰ ਉਹਦੇ ਨਾਲ ਜੋ ਉਹਨੇ ਹੁਣ ਇਹੋ ਜਿਹਾ ਮੋੜ ਲੈ ਆਂਦਾ ਕਿ ਇੱਕ ਬੰਦਾ ਉਹ ਵੀ ਗੁਰਸਿੱਖ ਬੰਦਾ ਜਿਹਨੇ ਉਹਦੇ ਉੱਪਰ ਕਿਸੇ ਗੱਲ ਦੇ ਉੱਪਰ ਟਿੱਪਣੀ ਕੀਤੀ ਸੀ ਤਾਂ 13-35 ਬੰਦੇ ਨੇ ਜਾ ਕੇ ਉਸ ਬੰਦੇ ਦੀ ਕੁੱਟ ਮਾਰ ਕੀਤੀ ਉਹਨੇ ਦਰਖਾਸਤ ਆਪਣੀ ਥਾਣੇ ਦਿੱਤੀ ਉੱਤੇ ਸਾਰੀ ਪੜਤਾਲ ਹੋ ਕੇ ਜਿਹੜਾ ਬੰਦਾ ਇੱਕ ਅਰੈਸਟ ਕੀਤਾ ਗਿਆ ਚਾਹੇ ਦਾ ਸੀ ਜੇ ਉਹਨਾਂ ਨੂੰ ਲੱਗਦਾ ਸੀ ਕਿ ਬੰਦਾ ਨਜਾਇਜ਼ ਅਰੈਸਟ ਕੀਤਾ ਗਿਆ ਤਾਂ ਫਿਰ ਜਿਹੜਾ ਅਦਾਲਤੀ ਪ੍ਰੋਸੈਸ ਆ ਆਪਾਂ ਇਨਕੁਆਰੀ ਪਾ ਸਕਦੇ ਸੀ ਐਸਐਸਪੀ ਕੋ ਜਾਇਜ਼ ਜਾ ਸਕਦਾ ਸੀ ਬੜੇ ਚਾਰਾ ਜੋਰੀ ਹੁੰਦੀ ਆ ਥਾਣੇ 'ਤੇ ਜਾ ਕੇ ਪੰਜ ਸੱਤ ਬੰਦੇ ਮਿਲ ਸਕਦੇ ਆ ਇਸ ਦਾ ਅਦਾਲਤੀ ਪ੍ਰੋਸੈਸ ਆ ਆਪਾਂ ਇਨਕੁਆਰੀ ਪਾ ਸਕਦੇ ਸੀ ਐਸਐਸਪੀ ਕੋ ਜਾਇਜ਼ ਜਾ ਸਕਦਾ ਸੀ ਬੜੇ ਚਾਰਾ ਜੋਰੀ ਹੁੰਦੀ ਆ ਖਾਣੇ 'ਤੇ ਜਾ ਕੇ ਪੰਛਤ ਬੰਦੇ ਮਿਲ ਸਕਦੇ ਆ ਐਸਐਸਪੀ ਨੂੰ ਮਿਲ ਸਕਦੇ ਆ ਮੁੱਖ ਮੰਤਰੀ ਨੂੰ ਵੀ ਮਿਲ ਸਕਦੇ ਆ ਬਖਵਕ ਹੋਰ ਪਾਸੇ ਨੂੰ ਮਿਲ ਸਕਦੇ ਆ ਤੇ ਜਿਸ ਤੀਕੇ ਨਾਲ ਇਹ ਉਹਨਾਂ ਨੇ ਸਟੈਪ ਲਿਆ ਕਿ ਇੱਕ ਹਜੂਮ ਇਕੱਠਾ ਕਰਕੇ ਔਰ ਗੁਰੂਗ੍ਰਾਮ ਸਾਹਿਬ ਦੇ ਆਪਣੇ ਮੋਰੇ ਸ਼ੈਲਟਰ ਬਣਾ ਕੇ ਉੱਥੇ ਗਏ ਆ ਔਰ ਉੱਥੇ ਸਾਰੇ ਬੈਰੀਕੇਡ ਵੀ ਤੋੜੇ ਔਰ ਜਾ ਕੇ ਥਾਣੇ ਦੇ ਉੱਪਰ ਹਮਲਾ ਕੀਤਾ ਪੁਲਿਸ ਬਲਿਆਂ ਦੀ ਕੁੱਟਮਾਰ ਕੀਤੀ ਇੱਕ ਐਸਪੀ ਦੇ ਸਿਰ ਦੇ ਵਿੱਚ ਟਾਂਕੇ ਲੱਗੇ ਆ ਜਿਹਰੇ ਇਲਾਜ ਆ ਔਰ ਥਾਣੇ ਦੇ ਉੱਪਰ ਕਬਜ਼ਾ ਕਰ ਕੀਤਾ ਮੈਂ ਸਮਝਦਾ ਇਹ ਜਿਹੜੀ ਸਿਚੁਏਸ਼ਨ ਬਣੀ ਆ ਇਹ ਦੇ ਵਿੱਚ ਦੋਨੋਂ ਗੱਲਾਂ ਆ ਗਈਆਂ ਕਿ ਇੱਕ ਤਾਂ ਇਹ ਹੁੱਲੜ ਬਾਜੀ ਵੱਡੇ ਲੈਵਲ ਤੇ ਹੋਈ ਆ ਉਹ ਵੀ ਗੁਰੂਗਰਾ ਸਾਹਿਬ ਦੀ ਹਾਜ਼ਰੀ ਦੇ ਅੰਦਰ ਉੱਥੇ ਕੋਲ ਮਰਜ਼ਾ ਦਾ ਧਿਆਨ ਨਹੀਂ ਰੱਖਿਆ ਗਿਆ ਨੰਬਰ 2 ਪੰਜਾਬ ਦੇ ਜਿਹੜੇ ਮੈਂ ਸਮਝਦਾ ਕਿ ਪੁਲਿਸ ਦਾ ਮੁਖੀ ਆ ਜਦ ਉਹਨੂੰ ਪਤਾ ਸੀ ਕਿ ਇਹ ਐਲਾਨ ਹੋਇਆ ਉਹਨੇ ਕੀ ਪ੍ਰਬੰਧ ਕੀਤੇ ਉਹਦੇ ਜਿਹੜੀ ਆ ਇੱਕ ਕਮਜ਼ੋਰੀ ਵੀ ਸਾਹਮਣੇ ਆਉਂਦੀ ਆ ਔਰ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਆ ਇਹਦੇ ਵਿੱਚ ਵੱਡੀ ਅਣਗਹਿਲੀ ਆ ਕਿ ਉਹਨਾਂ ਨੇ ਕਿਉਂ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਇਤੋਂ ਤੱਕ ਕਿ ਵਾਕਿਆ ਹੋਣ ਤੋਂ ਦੋ ਦਿਨ ਬਾਅਦ ਇੱਕ ਟਵੀਟ ਕਰਕੇ ਉਹਨਾਂ ਨੇ ਜਿਹੜੀ ਆ ਉਹ ਗੱਲ ਕੀਤੀ ਆ ਜਦਕਿ ਪੰਜਾਬ ਦਾ ਮਾਹੌਲ ਉਸ ਦਿਨ ਦਾ ਲੋਕ ਸਹਿਮੇ ਹੋਏ ਆ ਲੋਕ ਡਰਦੇ ਆ ਕਿ ਜੇ ਜਿਹੜੀ ਫੋਰਸ ਆ ਜਿਹੜੀ ਪੁਲਿਸ ਦਾ ਥਾਣੇ ਵਿੱਚੋਂ ਵੀ ਸੇਫ ਨਹੀਂ ਉਹਨਾਂ ਨੂੰ ਏਦਾਂ ਇਕੱਠੇ ਇਕੱਠੇ ਹੋ ਕੇ ਜਿਹੜੇ ਆ ਹਜੂਮ ਆ ਕੇ ਉਹਨਾਂ ਨੂੰ ਕੁੱਟਮਾਰ ਕਰ ਸਕਦਾ ਤੇ ਬਾਕੀ ਲੋਕ ਕਿਵੇਂ ਸੇਫ ਰਹਿਣਗੇ ਇਹ ਪੰਜਾਬ ਦਾ ਮੈਂ ਸਮਝਦਾ ਕਿ ਵੱਡਾ ਤਖਾਣ ਦੋ ਆ ਇਦੇ ਵਾਸਤੇ ਸਾਰੇ ਜਿਹੜੇ ਪੰਜਾਬੀ ਆ ਸਾਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਆ ਕਿ ਆਪਾਂ ਇਹ ਨਹੀਂ ਗੱਲ ਜਿਸ ਬੰਦੇ ਨੇ ਕੋਈ ਗਰਮ ਨਾਹਰਾ ਦਿੱਤਾ ਉਹਦੇ ਮਗਰ ਲੱਕੇ ਤੁਰ ਪਈਏ ਹਲਾਤਾਂ ਨੂੰ ਸਮਝੀਏ ਕਿ ਪੰਜਾਬ ਪਹਿਲਾਂ ਹੀ ਜਿਹੜਾ ਆ ਉਹ ਬਲਦੇ ਆ ਕੇ ਤੋਂ ਨਿਕਲਿਆ ਇਹ ਆਪਣਾ ਪੰਜਾਬ ਆ ਇਹਨੂੰ ਖੁਸ਼ਹਾਲ ਰੱਖਣਾ ਇੱਥੇ ਅਮਰ ਸ਼ਾਂਤੀ ਰੱਖਣੀ ਸਾਡੇ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਆ ਔਰ ਜਿਹੜੀ ਗੱਲ ਤੁਸੀਂ ਕਹੀ ਆ ਕਿ ਅਮਰਪਾਲ ਇਹ ਕਹਿੰਦਾ ਕਿ ਮੈਂ ਤਾਂ ਸੇਖੋਂ ਆ ਪੰਜਾਬੀ ਆ ਮੈਂ ਹਿੰਦੁਸਤਾਨ ਦਾ ਨਾਗਰਿਕ ਨਹੀਂ ਨਾਗਰਿਕ ਨਹੀਂ ਜੀ ਤੇ ਜੇ ਉਹ ਨਾਗਰਿਕ ਨਹੀਂ ਹੈਗਾ ਤਾਂ ਫੇਰ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਉਹਦੀ ਨਾਗਰਿਕਤਾ ਕਿੱਥੋਂ ਦੀ ਆ ਦੁਨੀਆਂ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਆ বাসਦੇ ਆ ਚਾਹੇ ਕਿਸੇ ਵੀ ਖੇਤੇ ਵਿੱਚ বাসਦੇ ਹੋਣ ਉਹਨਾਂ ਦੀ ਸਿਟੀਨਸ਼ਿਪ ਜਿਹੜੀ ਹੈ ਨਾਗਰਿਕਤਾ ਉਹ ਦੇਖੀ ਜਾਂਦੀ ਆ ਉਹ ਆਇਡੈਂਟੀਟੀ ਹੁੰਦੀ ਆ ਤਾਂ ਇਹਦੀ ਆਇਡੈਂਟੀਟੀ ਹੈ ਦੀ ਨਾਗਰਿਕਾ ਕਿੱਥੋਂ ਦੀ ਆ ਇਹ ਦੇਖਣਾ ਜ਼ਰੂਰੀ ਹੈ ਸਰਕਾਰ ਪੰਜਾਬ ਦੀ ਸਰਕਾਰ ਵੀ ਦੇਖੇ ਭਾਰਤ ਸਰਕਾਰ ਵੀ ਦੇਖੇ ਕਿ ਕਿੱਥੋਂ ਦਾ ਨਾਗਰਿਕ ਆ ਤੇ ਉਹ ਪੰਜਾਬ ਦੇ ਵਿੱਚ ਜੇ ਇਥੋਂ ਦਾ ਨਾਗਰਿਕ ਨਹੀਂ ਉਹ ਐੜੀਆਂ ਇਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਆ ਕਿਵੇਂ ਇੰਜਾਮ ਦੇ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਦੀ ਕੋਈ ਨਾ ਕੋਈ ਜ਼ਰੂਰ ਇਹਦੇ ਵਿੱਚ ਜਿਹੜੀ ਕਮਜ਼ੋਰੀ ਆ ਆਪਣੇ ਆਪ ਨੂੰ ਨਾਗਰਿਕ ਨਾ ਮੰਨਣਾ ਤੇ ਆ ਕੇ ਇੱਥੇ ਅਜਿਹੀਆਂ ਕਾਰਵਾਈਆਂ ਅੰਜਾਮ ਦੇਣਾ ਸਰ ਆਪਾਂ ਗੱਲ ਕਰੀਏ ਇੱਥੇ ਇਸ ਵਿਸ਼ੇ ਨਾਲ ਰਿਲੇਟਡ ਕਿ ਜੇ ਅਸੀਂ ਬੇਅਦਬੀ ਦੀ ਪਿਛਲੇ ਕਾਫੀ ਸਮੇਂ ਤੋਂ ਲਾ ਕੇ ਬੇਅਦਬੀ ਦੀਆਂ ਤੇ ਆ ਕੇ ਇੱਥੇ ਅਜਿਹੀਆਂ ਕਾਰਵਾਈਆਂ ਅੰਜਾਮ ਦੇਣਾ ਸਰ ਆਪਾਂ ਗੱਲ ਕਰੀਏ ਇੱਥੇ ਇਸ ਵਿਸ਼ੇ ਨਾਲ ਰਿਲੇਟਡ ਕਿ ਜੇ ਅਸੀਂ ਬੇਅਦਬੀ ਦੀ ਪਿਛਲੇ ਕਾਫੀ ਸਮੇਂ ਤੋਂ ਲਾ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿਆਸਤ ਦਾ ਰੱਦੋਬਤਲ ਹੋਇਆ ਪੰਜਾਬ ਦੇ ਵਿੱਚ ਸਿਆਸਤ ਹੀ ਬਦਲੀ ਮਤਲਬ ਬਹੁਤ ਬਦਲਾ ਹੋਇਆ ਪਰ ਕੀ ਜਦੋਂ ਅੰਮ੍ਰਿਤਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਾਲ ਲਾ ਕੇ ਗਿਆ ਕਿ ਉਹ ਬੇਦਰ ਬੇਰ ਵਿੱਚ ਨਹੀਂ ਕਿਣਿਆ ਜਾਂਦਾ ਦੇਖੋ ਅੱਜ ਇਸ ਗੱਲ ਦੇ ਉੱਪਰ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਹਦਰਕਾਲਤਾ ਸਾਹਿਬ ਨੇ ਵੀ ਗੱਲ ਕੀਤੀ ਹੈ ਬਖ ਬਖ ਹੋਰ ਖੇਤਰਾਂ ਵਿੱਚ ਵੀ ਇਹ ਤੇ ਚਰਚਾ ਜਿਹੜੀ ਆ ਉਹ ਚੱਲੀ ਆ ਮੈਂ ਸਮਝਦਾ ਕਿ ਅਸੀਂ ਆਪ ਹੀ ਕਈ ਵਾਰੀ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਆ ਜਦੋਂ ਜੇ ਕੋਈ ਗੱਲ ਸੀ ਮੈਂ ਸਾਬਦਾ ਕਿ ਵੱਡੀਆਂ-ਵੱਡੀਆਂ ਬੜਕਾਂ ਮਾਰੀਆਂ ਜਾ ਰਹੀਆਂ ਜਿਹੜੇ ਇਹ ਅੰਮ੍ਰਿਤਪਾਲੇ ਦੇ ਨਾਲੋਂ ਤਾਂ ਇਹ ਵੀ ਫਿਰ ਗੁਰੂ ਮਹਾਰਾਜ ਦਾ ਸਹਾਰਾ ਕਿਉਂ ਲਿਆ ਸਹਾਰਾ ਓਟ ਆਸਰਾ ਕਿਉਂ ਕਿਉਂ ਉਹਨਾਂ ਨੂੰ ਮੋਰੇ ਰੱਖ ਕੇ ਆਪ ਉਹਦੇ ਬੈਠ ਦੇ ਉੱਪਰ ਤੁਰਿਆ ਤੇ ਮੋਰੇ ਹਜ਼ਾਰਾਂ ਬੰਦੇ ਜੁੱਤੀਆਂ ਪਾਈ ਗੁਰੂ ਗ੍ਰੰਥ ਸਾਹਿਬ ਦੇ ਮੋਰੇ ਚੱਲੇਗਾ ਇਹ ਇਹ ਆਪਣੇ ਆਪ ਵਿੱਚ ਜੇ ਰੱਬ ਨਾ ਕਰੇ ਉੱਥੇ ਕੋਈ ਉਹਨੇ ਪਾਣੀ ਦੀਆਂ ਬਿਛਾਰਾਂ ਆ ਜਾਂਦੀਆਂ ਕੋਈ ਹੋਰ ਜਿਹੜਾ ਡਾਂਗਾ ਹੁਣ ਚੱਲਦੀਆਂ ਦੀਆਂ ਉਹ ਗੱਡੀ ਦਾ ਵੀ ਕੋਈ ਨੁਕਸਾਨ ਹੋ ਜਾਂਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਕੁਝ ਨੁਕਸਾਨ ਹੋ ਜਾਂਦਾ ਇਸ ਲਈ ਕੌਣ ਜ਼ਿੰਮੇਵਾਰ ਸੀ ਇਹਦਾ ਮਤਲਬ ਇਹ ਆ ਕਿ ਅਸੀਂ ਆਪਣੇ ਆਪ ਦੀ ਖਲ ਬਚਾਉਣ ਵਾਸਤੇ ਗੁਰੂ ਮਹਾਰਾਜ ਦੇ ਉਹਨਾਂ ਨੂੰ ਮੋਰੇ ਕਰ ਦਿੱਤਾ ਉਹਨਾਂ ਦੀ ਜਿਹੜੀ ਮਾਨਮਰਜ਼ਾ ਦਾ ਕੋਈ ਮਾਨਤ ਨਹੀਂ ਰੱਖਿਆ ਇਹ ਆਪਣੇ ਆਪ ਦੀ ਕਬੱਡੀ ਬਿਆਦਵੀ ਆ ਇਹਦੇ ਵਾਸਤੇ ਅਮਰਤਪਾਲ ਨੂੰ ਜ਼ਰੂਰ ਆਪਣੀ ਗੱਲ ਨੂੰ ਸਮਝ ਲੈਣਾ ਚਾਹੀਦਾ ਔਰ ਹੈਂਕੜਬਾਜ਼ੀ ਛੱਡ ਕੇ ਇਹਦੇ ਵਾਸਤੇ ਜਿਹੜੀ ਆ ਉਹ ਯਾਚਨਾ ਮਾਫੀ ਜਿਹੜੀ ਆ ਉਹ ਕਰਨੀ ਚਾਹੀਦੀ ਆ ਕਿ ਇਹ ਮੇਤੋਂ ਕਿਸੇ ਨਾ ਤਰੀਕੇ ਨਾਲ ਇਹ ਗਲਤੀ ਹੋਈ ਆ ਉਹਨੂੰ ਸਵੀਕਾਰ ਕਰ ਲੈਣਾ ਚਾਹੀਦਾ ਸਰ ਗੱਲ ਕਰੀਏ ਜਿਵੇਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ 11 ਮਹੀਨੇ ਪੂਰੇ ਹੋ ਗਏ ਆਮ ਆਦਮੀ ਪਾਰਟੀ ਦੇ ਕਿਤੇ ਨਾ ਕਿਤੇ ਸਰਕਾਰ ਕੋਈ ਚੰਗਾ ਕੰਮ ਵੀ ਕਰਦੀ ਹੈ ਜਿਹਦੇ ਵਿੱਚ ਤੁਸੀਂ ਬਰੂਤੀਤੀ ਉਹਦੇ ਵਿੱਚ ਇੱਥੇ ਇਸ ਵੇਲੇ ਐ ਕਿਹਾ ਸਾਬਕਾ ਕਰਨ ਮੰਤਰੀ ਉਹ ਸਿਆਸਤ ਨੂੰ ਬੜੀ ਵਧੀਆ ਤਰੀਕੇ ਦੇ ਨਾਲ ਨੇੜੇ ਉਚਾਨਦ ਪਿਛਲੇ ਦਿਨਾਂ ਚ ਭਗਵੰਤੂ ਮਾਨ ਹੋਰਾਂ ਨੇ ਤਿੰਨ ਉਪਰਾਲੇ ਕੀਤੇ ਜਿਹੜੇ ਬੜੇ ਜਿਹਦੇ ਵਿੱਚ ਸਿਹਤ ਮੰਤਰੀ ਸਿੰਘਲਾ ਉਹਦੇ ਆਪਣੀ ਪਾਰਟੀ ਦਾ ਸੀਗਾ ਸਰਾਰੀ ਸ਼ਖਬੂ ਦੀ ਆਪਣੀ ਪਾਰਟੀ ਦਾ ਤੇ ਹੁਣ ਅਮਿਤ ਰਤਨ ਬਠਿੰਡਿਓ ਇਹਨਾਂ ਨੂੰ ਫੜਨ ਦਾ ਭ੍ਰਸ਼ਟਾਚਾਰ ਦੇ આરોਪ ਦੇ ਵਿੱਚ ਜਿਹੜੇ ਪ੍ਰਤੱਖ ਰੂਪ ਚ ਆ ਗਏ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਇਸ ਕਦਮ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ ਭਗਵੰਤ ਮਾਨ ਜੀ ਦੇ ਦੇਖੋ ਮੈਂ ਇੱਥੇ ਇਕੱਲੇ ਭਗਵੰਤ ਮਾਨ ਦੀ ਗੱਲ ਨਹੀਂ ਕਰੂੰਗਾ ਮੈਂ ਸਾਰੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਗੱਲ ਮੈਂ ਦਲਜੀਤ ਜੀ ਕਰਨੀ ਚਾਹਣਾ ਕਿਉਂਕਿ ਜੋ ਵਕਿਆ ਜਿਹੜਾ ਲੇਟੈਸਟ ਹੋਇਆ ਉਹ ਆ ਰਾਤ ਜਿਹੜਾ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸੰਸੋਧਿਆ ਉਹਨੂੰ ਸੀਬੀ ਆਏ ਨੇ ਅਰੈਸਟ ਕੀਤਾ ਜੀ ਕਾਫੀ ਲੰਬੇ ਸਮੇਂ ਤੋਂ ਜਦੋਂ ਦੀ ਐਸ ਹਾਲ ਦੀ ਜੇ ਐਕਸਰਸਾਈਜ਼ ਪਾਲਿਸੀ ਬਣੀ ਸੀ ਉਦੋਂ ਦੀਆਂ ਏਨਕੁਆਰੀਆਂ ਚੱਲਦੀਆਂ ਸੀ ਔਰ ਉਹ ਇਨਕੁਆਰੀ ਦੇ ਵਿੱਚ ਬਿਲਕੁਲ ਗੱਲ ਕਲੀਅਰ ਹੋਈ ਆ ਕਿ ਕਿਹੜਾ ਕਰੋੜਾ ਰੁਪਏ ਦਾ ਉਹਦੇ ਵਿੱਚ ਜਿਹੜਾ ਕਪੜਾ ਕਪੜਾ ਹੋਇਆ ਔਰ ਸੀਬੀਏ ਦੀ ਇਨਕੁਆਰੀ ਇਹਨੇ ਸਾਰੀ ਇਨਕੁਆਰੀ ਕਰਕੇ ਸੰਸੋਧਿਆ ਸਾਹਿਬ ਨੂੰ ਅਰੈਸਟ ਕੀਤਾ। ਕਿ ਆਕੇ ਨਹੀਂ ਤਾਂ ਪਹਿਲਾਂ ਤਾਂ ਕੇਸ ਨੂੰ ਇੱਕ ਮਾਰਿਆ ਸੀ ਔਰ ਨਾ ਹੀ ਬਿਜ਼ਨਸ ਮਹਿਕਮਾ ਗੱਲ ਕਰ ਰਿਹਾ ਸੀ ਜਦੋਂ ਹੁਣ ਇਹ ਰਤਨ ਇਹਨਾਂ ਦਾ ਜਿਹੜਾ ਅਨਮੋਲ ਰਤਨ ਪੜ ਹੋਇਆ ਉਸ ਵੇਲੇ ਗੱਲ ਨਹੀਂ ਸੀ ਹੋ ਰਹੀ ਜਿਸ ਵੇਲੇ ਦੇਖਿਆ ਕਿ اپੋਜੀਸ਼ਨ ਜਿਹੜੀ ਹੈ ਤੇ ਹਾਵੀ ਹੋ ਰਹੀ ਆ ਉਹਨੂੰ ਅਖੀਰਿਆਂ ਨੂੰ ਅਰੈਸਟ ਕਰਨਾ ਪਿਆ ਸੋ ਮੈਂ ਸਮਝਦਾ ਕਿ ਇਹ ਗੱਲਾਂ ਜਿਹੜੀਆਂ ਆ ਕਿਤੇ ਨਾ ਕਿਤੇ ਇਹ ਲਾਹਾ ਲੈਣ ਵਾਸਤੇ ਇਹ ਰੌਲਾ ਪਾਉਂਦੇ ਆ ਅੰਦਰੋਂ ਗਿਆ ਦੇ ਜਿਹੜੇ ਸਾਰੇ ਇਸ ਸਰਕਾਰ ਦੇ ਜਿਹੜੇ ਬੰਦੇ ਆ ਉਹ ਜੇ ਤੁਸੀਂ ਸਹੀ ਬਣਾਵੇ ਦੇਖੋ ਸਾਰੇ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਮਾਸੀ-ਮਾਸੀ ਤੇ ਮੌਕਾ ਮਿਲਿਆ ਔਰ ਭਗਵਾਨਤਮਾਨ ਸਿਰਫ ਜਿਹੜੀਆਂ ਸਟੇਜਾਂ ਦੇ ਉੱਪਰ ਮਾਈਕ ਦੇ ਉੱਪਰ ਦੂਜਿਆਂ ਨੂੰ ਭੰਡ ਕੇ ਇੱਕ ਜਿਦਾਂ ਪਹਿਲਾਂ ਉਹ ਉਹਦਾ ਰੋਲ ਇਦਾਂ ਦਾ ਰਿਹਾ ਉਹ ਲੋਕਾਂ ਨੂੰ ਭੰਡ-ਪੁੰਡ ਕੇ ਆਪਣੀ ਹਾ-ਹਾ ਜਿਹੜੀਆਂ ਬੱਲੇ-ਬੱਲੇ ਕਰਾ ਰਿਆ ਜਿਹੜੀ ਅਸਲ ਰੈਲਿਟੀ ਆ ਪੰਜਾਬ ਦੀ ਉਹ ਸਮਝਣ ਦੀ ਲੋੜ ਆ ਅੱਜ ਪੰਜਾਬ ਆਰਥ ਤਤ ਉੱਤੇ ਥੱਲੇ ਜਾ ਰਿਹਾ ਅੱਜ ਪੰਜਾਬ ਜਿਹੜਾ ਲਾਂਡਰ ਤੇ ਪਿੱਛੇ ਜਾ ਰਿਹਾ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹਦਾ ਇਟ ਖਿੜਕਾ ਆ ਪੰਜਾਬ ਦੇ ਗਵਰਨਰ ਦੇ ਨਾਲ ਉਹਦੀ ਜਿਹੜੀ ਇਟ ਖਿੜਕਾ ਆ ਦੇਸ਼ ਦੀ ਸਰਕਾਰ ਦੇ ਨਾਲ ਜਿਸ ਸਰਕਾਰ ਦਾ ਬਜਟ ਜਿਹੜਾ ਆ ਉਹ ਠੀਕ ਸਮੇਂ ਤੇ ਪੇਸ਼ ਨਾ ਹੋ ਸਕੇ ਤੁਸੀਂ ਅੰਦਾਜ਼ਾ ਲਾਓ ਸਰਕਾਰ ਕੀ ਕਹਾਊਗੀ ਫੋ ਮੈਂ ਸਾਬਦਾ ਕਿ ਇਹ ਜਿਹੜਾ ਆ ਇਹ ਜਿਹੜੇ ਇਹਨਾਂ ਕੰਮ ਜਿਹੜੇ ਕਰ ਰਹੇ ਆ ਇਹ ਸਿਆਸੀ ਲਾਹਾ ਲੈਣ ਲਈ ਅਸੀਂ ਤਾਂ ਜੀ ਇਹ ਕੱਢਦੇ ਆ ਉਹ ਕੱਢਦੇ ਆ ਇਹਨਾਂ ਦੇ ਉੱਪਰ ਹਾਲੇ ਜਿਹੜੇ ਪਹਿਲੇ ਬੰਦੇ ਆ ਉਹਨਾਂ ਨੂੰ ਪਾਰਟੀ ਚੋਂ ਨਹੀਂ ਕਟਿਆ ਉਹਨਾਂ ਦੀ ਮੈਂਬਰਸ਼ਿਪ ਉਹ ਬੰਦ ਬੰਦ ਕੀਤੀ ਨਹੀਂ ਔਰ ਭਗਵਾਨ ਤੁਮਾਨ ਜਿਹੜਾ ਆ ਉਹ ਜਾਂ ਜਿਹੜੀ ਇਹ ਪਾਰਟੀ ਆ ਇੱਕ ਕਟੜ ਇਮਾਨਦਾਰ ਦਾ ਲਬਦ ਪਤਾ ਨਹੀਂ ਕਿ ਕਿੱਥੋਂ ਲੈ ਕੇ ਆਂਦਾ ਜਦ ਕਿ ਹੁਣ ਤਾਂ ਗੱਲ ਆ ਸਾਹਮਣੇ ਆ ਗਈਆਂ ਜਿਹੜੇ ਸਿਟਿੰਗ ਮੰਤਰੀ ਆ ਉਹ ਔਰ ਮੇਨ ਰਾ ਦੇ ਪਾਰਟੀ ਦਾ ਜਿਹੜਾ ਨੰਬਰ 2 ਦਾ ਲੀਡਰ ਐ ਸੰਸੋਧੀ ਆ ਉਹ ਫੜਿਆ ਗਿਆ ਇਸ ਗੱਲ ਤੇ ਕਿ ਚਾਚਾ ਪਿਸਚਾਰ ਦੇ ਵਿੱਚ ਕੋ ਵੱਡਾ ਕਰੋੜਾਂ ਦਾ ਚਾਚਾ ਉਹਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਫਿਰ ਆਪਾਂ ਕਹੇ ਜੇ ਕਟੜ ਮਾਨਦਰ ਪਾਰਟੀ ਆ ਫਿਰ ਤਾਂ ਇਹ ਇਮਾਨਦਾਰੀ ਦੀ ਪਰਿਭਾਸ਼ਾ ਦੀ ਤਹੀਨ ਹੋ। ਸੋ ਮੈਂ ਸਮਝਦਾ ਕਿ ਇਹ ਗੱਲਾਂ ਕਾਨੀਆਂ ਬੜੀਆਂ ਸੌਖੀਆਂ ਔਰ ਅੱਜ ਜਿਹੜੀ ਇਹ ਸਰਕਾਰ ਵਾ ਸਾਰੇ ਇੰਗਲਾਂ ਤੋਂ ਜਿਹੜੀ ਆ ਉਹ ਫੇਰ ਹੋ ਚੁੱਕੀ ਆ। ਸਰ ਅਸੀਂ ਆਮ ਆਦਮੀ ਪਾਰਟੀ ਲਾਸਟ ਜਿਹੜਾ ਅਸੀਂ ਇਹ ਗੱਲ ਕਰਦਾ ਮਿਸਟਰ ਸ਼ੋਰੀਆ ਦੀ ਗੱਲ ਕੀਤੀ ਭਗਵੰਤ ਮਾਨ ਉਹਨਾਂ ਦੀ ਵੀ ਗੱਲ ਕੀਤੀ ਆਮ ਆਦਮੀ ਪਾਰਟੀ ਨੂੰ ਲੈ ਕੇ ਕਾਫੀ ਜਿਹੜਾ ਬਿਵਾਦ ਹੋਇਆ ਇੱਕ ਜਿਹੜੀ ਲਾਸਟ ਪੰਜਾਬ ਦੇ ਵਿੱਚ ਇਤਰਾਸ ਦੀ ਆ ਪਿਛਲੇ ਕਾਫੀ ਸਮੇਂ ਤੋਂ ਇਹ ਚੱਲ ਰਿਹਾ ਰਾਜਪਾਲ ਤੇ ਮੁੱਖ ਮੰਤਰੀ ਦੇ ਵਿੱਚਕਾਰ ਜਿਹੜਾ ਬਿਵਾਦ ਇਹਨਾਂ ਦੀ ਇਹਨਾਂ ਦੀ ਆਪਸੀ ਨਹੀਂ ਹੈ ਉਹ ਇੱਕ ਦੂਜੇ ਦੇ ਸਵਾਲਾਂ ਤੇ ਜਵਾਬ ਜਿਹੜੇ ਦੇਣ ਨੂੰ ਤਿਆਰ ਨਹੀਂ ਆ ਇੱਕ ਹੀ ਮਾਮਲਾ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਇਹ ਠੀਕ ਹੈ ਕਿ ਜਿਹੜਾ ਵੀ ਗਵਰਨਰ ਲੱਗਦਾ ਉਹ ਜਿਹੜੀ ਸੈਂਟਰ ਸਰਕਾਰ ਹੁੰਦੀ ਆ ਉਹ ਲਾਉਂਦੀ ਆ ਜੀ ਉਹ ਗਵਰਨਰ ਲੱਗਣ ਤੋਂ ਪਹਿਲਾਂ ਕਿਸੇ ਪਾਰਟੀ ਬਚ ਵੀ ਹੋ ਸਕਦਾ ਪਰ ਜਦੋਂ ਉਹ ਇੱਕ ਉਹ ਇਸ ਸੰਵਿਧਾਨਕ ਅਹੁਦੇ ਦੇ ਉੱਪਰ ਆਉਂਦਾ ਤੇ ਉਹਦੀ ਪਾਰਟੀ ਨਹੀਂ ਹੁੰਦੀ। ਉਹ ਇਸ ਸੰਵਿਧਾਨਕ ਅਹੁਦੇ ਦੇ ਉੱਪਰ ਆਉਂਦਾ ਤੇ ਉਹਦੀ ਪਾਰਟੀ ਨਹੀਂ ਹੁੰਦੀ। ਮੈਂ ਸਾਬਦਾ ਕਿ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਇਹ ਇੱਕ ਆਪਸ ਵਿੱਚ ਇਹਨਾਂ ਦੀ ਟਕਸਲ ਪੈਦਾ ਹੋਈ ਆ ਇਹ ਦੋਨਾਂ ਪਾਸਿਆਂ ਤੋਂ ਜਿਹੜੀ ਆ ਇਹ ਚੰਗਾ ਸੰਕੇਤ ਨਹੀਂ ਹੈ। ਇਹ ਸੰਵਿਧਾਨਕ ਅਹੁਦੇ ਆ ਗਵਰਨਰ ਸਾਹਿਬ ਦਾ ਵੀ ਸੰਵਿਧਾਨਕ ਅਹੁਦਾ ਆ। ਉਹਨੇ ਦੇਖਦੀ ਜਿਹੜੇ ਆਪਣੇ ਸੂਬੇ ਦੇ ਜਿਹੜੇ ਵੀ ਸਰਕਾਰ ਦੇ ਜਿਹੜੇ ਫੈਸਲੇ ਆ ਉਦੇ ਉਹਨਾਂ ਦੀ ਸਹੀ ਤੋਂ ਬਗੈਰ ਉਹ ਮੰਨੇ ਨਹੀਂ ਪ੍ਰਵਾਨ ਨਹੀਂ ਹੁੰਦੇ ਔਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਆ ਵੀ ਜਿਹੜੇ ਆ ਕੋਈ ਉਹ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਗੱਲ ਦੇ ਨਾਲ ਕੋਈ ਸੰਵਿਧਾਨਕ ਸੰਕਟ ਖੜਾ ਹੋਵੇ ਹੁਣ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਹੋ ਰਿਹਾ ਚਾਹੇ ਗਵਰਨਰ ਸਾਹਿਬ ਨੇ ਕੁਝ ਸਰਕਾਰ ਕੋਲੋਂ ਜਵਾਬ ਮੰਗੇ ਸੀ ਚਿੱਠੀ ਪਾਈ ਸੀ ਤੇ ਪੰਜਾਬ ਸਰਕਾਰ ਨੇ ਜਾਂ ਮੁੱਖ ਮੰਤਰੀ ਨੇ ਉਸ ਚਿੱਠੀ ਦਾ ਜਵਾਬ ਦੇਣ ਦੀ ਬਜਾਏ ਉਸਤੇ ਸਵਾਲ ਗਵਰਨਰ ਸਾਹਿਬ ਦੇ ਉੱਪਰ ਉਹ ਕੀ ਤੇ ਆ ਜਦ ਕਿ ਮੈਂ ਸਮਝਦਾ ਕਿ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਮਾਨ ਜੋ ਗਵਰਨਰ ਸਾਹਿਬ ਦੇ ਹਾਊਸ ਤੋਂ ਕੋਈ ਗੱਲ ਆਉਂਦੀ ਆ ਤੇ ਮੁੱਖ ਮੰਤਰੀ ਨੂੰ ਕੀ ਆ ਉਹਦਾ ਟੈਲੀਫੋਨ ਕਰਨ ਜੀ ਵੀ ਮੈਂ ਆ ਰਿਆਂ ਤੇ ਉੱਥੇ ਜਾ ਕੇ ਨਾਲ ਉਹਨਾਂ ਨਾਲ ਬੈਠ ਕੇ ਮਤਲੇ ਦਾ ਹੱਲ ਕਰਨ ਨਾਲ ਚਾਹ ਪਾਣੀ ਪੀਣ ਆਪਸੀ ਇੱਕ ਪਿਆਰ ਹੋ ਆ ਕਿਤੇ ਕੋਈ ਇਹ ਤਾਂ ਚਾਹ ਦੇ ਕੱਪ ਦੇ ਉੱਪਰ ਫੈਨਗਰ ਡਿਸਕਸ ਹੋ ਜਣੀ ਆ ਨਹੀਂ ਤੇ ਗੱਲਾਂ ਮੀਡੀਆ ਵਿੱਚ ਆਉਣੀਆਂ ਨਹੀਂ ਚਾਹੀਦੀਆਂ ਕਿ ਇਹੋ ਜਿਹਾ ਕੋਈ ਆਪਸ ਵਿੱਚ ਇਹਨਾਂ ਦਾ ਤਕਰਾਰ ਜਿਹੜਾ ਹੈ ਤਕਰਾਰ ਪੰਜਾਬ ਦੇ ਲਈ ਨੁਕਸਾਨਦੇ ਹੋ ਸਕਦਾ ਤੇ ਉਹ ਉਹ ਗੱਲ ਇਹ ਆ ਕਿ ਜਿਹੜੇ ਮੁੱਖ ਮੰਤਰੀ ਵੀ ਉਹ ਆਪਣੇ ਮੈਨਾ ਮਾਨੋਵਾਰੀ ਗੱਲ ਦੇ ਉੱਪਰ ਉਹ ਆ ਰਿਹਾ ਕਿ ਮੈਂ ਤੇ 3 ਲੱਖ ਲੋਕਾਂ ਨੂੰ ਜਵਾਬ ਦੇ ਆ ਮੈਨੂੰ ਜਿਹੜਾ ਬੜੀ ਥਮ ਥਮ ਮੈਜੋਰਟੀ ਮੈਨੂੰ ਮਿਲੀ ਆ ਗੱਲ ਇਹ ਨਹੀਂ ਹੈ ਹੁਣ ਤੁਸੀਂ ਸੰਵਿਧਾਨਕ ਅਹੁਦੇ ਤੇ ਆ ਤੁਸੀਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਸੂਬੇ ਦੇ ਕੰਮ ਨੂੰ ਗਾਹਾਂ ਲਿਖ ਜਾਣ ਲਈ ਆਪਣੀ ਸਰਕਾਰ ਨੂੰ ਸਮੋਤਰੀ ਚਲਾਉਣ ਵਾਸਤੇ ਤੁਸੀਂ ਕਿਹੜੇ ਪ੍ਰਾਲੇ ਕਰਨੇ ਆ ਜੇ ਤੁਹਾਡੀ ਇੱਕ ਵੱਡੀ ਜੇ ਗੱਲ ਤੇ ਉਪਰ ਆ ਕੀ ਘਟਦਾ ਤੁਸੀਂ ਮੋਕਮਾਚੇ ਦੇ ਮੁਖਮਤੀ ਰਹਿਣਾ ਉਹਨੇ ਗਵਰਨਰ ਰਹਿਣਾ ਜੇ ਤੁਸੀਂ ਇਹ ਪੁੱਛਣ ਲੱਗ ਪਾ ਵੀ ਤੁਹਾਡੇ ਚੋਣ ਕਿਵੇਂ ਹੋਈ ਆ ਤੁਸੀਂ ਤੁਸੀਂ ਕਿਦਾਂ ਆਪਣੇ ਗੱਲ ਦੱਸੋ ਇਹ ਗੱਲ ਜਿਹੜੀ ਆ ਇਹ ਕਹਿਣ ਦੇ ਬਜਾਏ ਚੰਡੀਗੜ੍ਹ ਤੇ ਤੁਸੀਂ ਬੈਠੇ ਹੋ ਤੁਸੀਂ ਤਾਂ ਹਫ਼ਤੇ ਵਿੱਚ ਹਰ ਇੱਕ ਦਿਨ ਜ਼ਰੂਰ ਕੱਢੋ ਇਸ ਗੱਲੇ ਵੀ ਮੈਂ ਘੰਟਾ ਗਵਰਨਰ ਸਾਹਿਬ ਕੋ ਜਾ ਕੇ ਜਿ세 ਕਰਨੀ ਆ ਜਾ ਕੇ ਤੇ ਕੋਈ ਇਹੋ ਜਿਹੀ ਗੱਲ ਰੱਖ ਲਓ ਸਾਡੇ ਵੇਲੇ ਹੁੰਦਾ ਸੀ ਕਿ ਅਸੀਂ ਇੱਕ ਦੋ ਫੰਕਸ਼ਨ ਕਿਤੇ ਗਵਰਨਰ ਸਾਹਿਬ ਨੂੰ ਉੱਥੇ ਬੁਲਾਇਆ ਗਿਆ ਤਕਬਾਨ ਸਰਪੋਤਿਆਂ ਨਾਲ ਡਿਸਕਸ ਹੋ ਜਾਂਦੀਆਂ ਗੱਲਾਂ ਨਾਲ ਚਾਹ ਪਾਣੀ ਹੁੰਦੀ ਆ ਉਹ ਇੱਕ ਗੱਲ ਜਿਹੜੀ ਆ ਇਹ ਦੋ ਤਰ੍ਹਾਂ ਦੀ ਗੱਡੀ ਵਾਲਾ ਸਾਹਬ ਆ ਕਿ ਜੇ ਦੋਨੋਂ ਟਾਇਰ ਠੀਕ ਚੱਲਣਗੇ ਤੇ ਗੱਡੀ ਰਨਿੰਗ ਪੀਛਣ ਵਿੱਚ ਉਹ ਜੇ ਨਹੀਂ ਠੀਕ ਚੱਲਦੇ ਤੇ ਫੇਰ ਪਾਵਰ ਕੇ ਦੀ ਵੱਧੋ ਆ ਇਹ ਗੱਲ ਨਹੀਂ ਅੱਜ ਇਹ ਆ ਕਿ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਇਹ ਮੈਟਰ ਮਾਨ ਜੋ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਹੁਣ ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ ਤੁਸੀਂ ਤਿੰਨ ਤਰੀਕ ਤੱਕ ਰੱਖ ਲੈ ਤਿੰਨ ਤਰੀਕ ਵਿੱਚ ਦਿਨ ਕਿੰਨੇ ਰਹਿ ਗਏ 5-7 ਤੁਸੀਂ ਕਿਵੇਂ ਚੱਟੀਆਂ ਕੱਢੋਂਗੇ ਕਿਵੇਂ ਲੋਕ ਜਿਹੜੇ ਆ ਵਿਰੋਧੀਆਂ ਦੇ ਸਵਾਲ ਜਵਾਬਾਂ ਦੀ ਗੱਲ ਆਉਗੀ ਕਿਵੇਂ ਤੁਸੀਂ ਸਾਰੀ ਪ੍ਰਕਿਰਿਆ ਚਲਾਓਗੇ ਇੱਕ ਹਾਸੋਵਾਣੀ ਵਾਲਾ ਜਿਹੜਾ ਮਾਹੌਲ ਉਹ ਤੁਸੀਂ ਪੰਜਾਬ ਦਾ ਬਣਾ ਕੇ ਬੈਠੇ ਆ ਜਦਕਿ ਪੰਜਾਬ ਦੇ ਵਿੱਚ ਤੁਸੀਂ ਜਦਕਿ ਪੰਜਾਬ ਦੇ ਵਿੱਚ ਤੁਸੀਂ 8-10 ਮਹੀਨਿਆਂ ਦੇ ਵਿੱਚ ਜਿਹੜਾ ਆ ਆਰਥਿਕ ਤੌਰ ਤੇ ਕਿੰਨਾ ਪਿੱਛੇ ਚਲੇਗਾ ਤੁਸੀਂ ਸੈਂਟਰ ਨਾਲ ਆਪਣੇ ਜਿਹੜੇ ਤੁਹਾਡੇ ਫੰਡਿੰਗ ਉਹ ਨਹੀਂ ਆ ਰਹੇ ਜੇ ਉਹ ਕੋਈ ਗੱਲ ਚੀਜ਼ ਮੰਗਦੇ ਆ ਪਿਛਲੇ ਫੰਡਾਂ ਦੇ ਜੂਸੀ ਮੰਗਦੇ ਆ ਦਿਓ ਅਗਲੇ ਅਗਲੇ ਫੰਡ ਲਾਓ ਤੁਸੀਂ ਉਹ ਤੁਸੀਂ ਕਰੇ ਨਹੀਂ ਰਿਹਾ ਕਰੋੜਾ ਰੁਪਇਆ ਪਿੰਡਾਂ ਦੀਆਂ ਪੰਚਾਇਤਾਂ ਕੋਲ ਪਿਆ ਜਿਹੜਾ ਸੈਂਟਰਲ ਗਵਰਨਮੈਂਟ ਦੇ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਆਇਆ ਉਹਨੇ ਲੱਗ ਰਿਹਾ ਬੈਂਕਾਂ ਦੇ ਵਿੱਚ ਪਿਆ ਉਹ ਪੈਸਾ ਖਰਚ ਕੀਤਾ ਜਾਣਾ ਚਾਹੀਦਾ ਹੈ ਪਿੰਡਾਂ ਦੀ ਡਿਵੈਲਪਮੈਂਟ ਹੋਊਗੀ ਪੰਜਾਬ ਤਰੱਕੀ ਕਰੂਗਾ ਉਹ ਪੈਸਾ ਪੰਜਾਬ ਦੇ ਸਰਕਲ ਦੇ ਵਿੱਚ ਆਊਗਾ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਊਗੀ ਇਹ ਛੋਟੂ ਛੋਟੀਆਂ ਗੱਲਾਂ ਜਿਹੜੀਆਂ ਸ਼ਾਇਦ ਇਹਨਾਂ ਨੂੰ ਸਰਕਾਰ ਨੂੰ ਜਾਂ ਭਗਵੰਤ ਮਾਨ ਦੇ ਧਿਆਨ ਵਿੱਚ ਨਹੀਂ ਆ ਰਹੀਆਂ ਜਾਂ ਜਿਹੜਾ ਪੰਚਾਇਤ ਮੰਤਰੀ ਹੈ ਧਾਰੀਵਾਲ ਉਹ ਵੱਡੇ ਵੱਡੇ ਨਾਅਰੇ ਲਾਈ ਜਾਂਦਾ ਵੱਡੇ ਵੱਡੀਆਂ ਉਹ ਰੋਜ਼ ਬਿਆਨ ਦਿੰਦਾ ਉਹਨੂੰ ਆਪਣੇ ਵਿਭਾਗ ਬਾਰੇ ਪਤਾ ਨਹੀਂ ਕਿ ਮੇਰੇ ਵਿਭਾਗਿਆਂ ਦਾ ਕੰਮ ਕਿ ਰੁਕਿਆ ਹੋਇਆ ਕਿਤੇ ਵੀਡੀਓ ਹੈ ਨਹੀਂ ਕਿਤੇ ਜੇ ਹੀ ਹੈ ਨਹੀਂ ਕਿਤੇ ਫੈਕਟਰੀ ਹੈ ਨਹੀਂ ਮਾਲਪੋ ਬਲੈਕ ਵਿੱਚ ਇੱਕ ਵੀ ਜੇ ਹੀ ਹੈ ਨਹੀਂ ਸਿਰਫ 6 ਫੈਕਟਰੀ ਹੈ ਕਲਾ ਵੀਡੀਓ ਕੀ ਕਰ ਸਕਦਾ ਸੋ ਇਹ ਇੱਕ ਮੈਂ ਐਗਜ਼ਾਮਪਲ ਦਿੱਤੀ ਆ ਕਿ ਇਹੋ ਜਿਹੇ ਹਾਲਾਤ ਵਾ ਪੰਜਾਬ ਦੇ ਪੰਜਾਬ ਦਾ ਜਿਹੜਾ ਆ ਸਰਕਾਰ ਨੇ ਆ ਗੱਲਾਂ ਕਰਕੇ ਕੋਸਿਆਂ ਬਾਰੇ ਗੱਲ ਨਹੀਂ ਕੀਤੀ ਮੈਂ ਦੋਨੋਂ ਈ ਤਰ੍ਹਾਂ ਨੂੰ ਮਾਂ ਜੋ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਔਰ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਇਹ ਆਪਣਾ ਕੋਈ ਸੌਕਣਾ ਵਾਲਾ ਜਿਹੜਾ ਆ ਆਪਣਾ ਬਿਹਾਰ ਨਾ ਰੱਖੀਏ ਆਪਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਉਹਨਾਂ ਨੂੰ ਪੰਜਾਬ ਦੀ ਬਿਹਤਰੀ ਲਈ ਡਾਇਰੈਕਸ਼ਨ ਦੇਣੀ ਆ ਤੇ ਭਗਵੰਤ ਮਾਨ ਨੇ ਪੰਜਾਬ ਦੀ ਬਿਹਤਰੀ ਵਾਸਤੇ ਉਹਨਾਂ ਕੋਲੋਂ ਮਦਦ ਲੈਣੀ ਆ ਕੰਮ ਲੈਣੇ ਆ ਪੰਜਾਬ ਨੂੰ ਗਹਾ ਚਲਾਉਣਾ ਆ ਬਹੁਤ ਬਹੁਤ ਧੰਨਵਾਦ ਸਦਾਸੂ ਸਿੰਘ ਠੰਡਲ ਜੀ ਦੋਸਤੋ ਇਹ ਸੰਸਦ ਸੂ ਸਿੰਘ ਠੰਡਲ ਸਾਹਿਬ ਕਾ ਕਨ ਬਨਤਰੀ ਜਿਨ੍ਹਾਂ ਨੇ ਸਾਡੇ ਨਾਲ ਬਖ ਬਖ ਮੁੱਦਿਆਂ ਤੇ ਗੱਲਬਾਤ ਕੀਤੀ ਤੇ ਨਾਲ تفसील ਦੇ ਨਾਲ ਉਹਨਾਂ ਦਾ ਚਿੰਤਾ ਕੀਤੀ ਚਿੰਤਨ ਕੀਤਾ ਤੇ ਨਾਲ ਦੇ ਨਾਲ ਸਮਾਧਾਨ ਦੱਸਿਆ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਗਾਂ ਤੱਕ ਬਾਮ ਤੱਕ ਇਹਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਪਾ ਚਾਹੀਏ ਲਿਵਿੰਗ ਇੰਡੀਆ ਨਿਊਜ਼ ਲਈ ਹਿਸ਼ਾਰ ਪਰ ਤੋਂ ਦਰਜੀਤ ਤਜਨੂਹਾ